这都无所谓呢，别人不说他们受罪。大海洋的ਦਿੱਲੀ ਤੋਂ ਆਏ ਹੋ, ਦਿੱਲੀ ਦਾ ਕੀ ਮਾਹੌਲ ਸੀਗਾ ਅਤੇ ਅੱਜ ਤੁਸੀਂ ਉਹ ਕਿਵੇਂ ਲਾਮਬੰਦ ਕਰ ਰਹੇ ਹੋ ਔਰਤਾਂ ਨੂੰ? ਦਿੱਲੀ ਦਾ ਮਾਹੌਲ ਆ, ਦੇਖੋ ਜੀ, ਦਿੱਲੀ ਜਿਹੜਾ ਤਾਂ ਦਿੱਲੀ ਜਾਵੜਦਾ ਉਹ ਤਾਂ ਕਹਿੰਦਾ ਹੀ ਨਹੀਂ, ਅਸੀਂ ਪੰਜਾਬ ਜਾਈਏ, ਉੱਥੇ ਅਸੀਂ ਇੱਕ ਨਵਾਂ ਪੰਜਾਬ ਵਸਾ ਚੁੱਕੇ ਹਾਂ। ਜਿੰਨੀ ਦੇਰ ਮੋਦੀ ਸਾਡੇ ਜਿਹੜੇ ਕਾਲੇ ਕਾਨੂੰਨ ਆ ਇਹ ਰੱਦ ਨਹੀਂ ਕਰਦਾ ਗਾ, ਠੀਕ ਆ, ਪ੍ਰੋਬਲਮਾਂ ਆ ਰਹੀਆਂ ਸਾਡੇ ਬਜ਼ੁਰਗਾਂ ਨੂੰ ਆ ਰਹੀਆਂ। ਸਭ ਤੋਂ ਵੱਡੀ ਦੁਖਾਂਤ ਪ੍ਰੋਬਲਮ ਇਹ ਆ ਕਿ ਜਿੰਨੇ ਵੀ ਸਾਡੇ ਬਜ਼ੁਰਗ ਜਾ ਰਹੇ ਆ ਸ਼ਮਸ਼ਾਨ ਘਾਟਾਂ ਦੇ ਵਿੱਚ, ਜਿੱਥੋਂ ਕਿ ਕਹਿੰਦੇ ਸਾਡੀ ਅੰਤਮ ਅਰਦਾਸ ਹੁੰਦੀ ਆ, ਜਿੱਥੇ ਜਾ ਕੇ ਅਸਲ ਨਿੱਜ ਘਰ ਜਿਹਨੂੰ ਬੋਲਿਆ ਜਾਂਦਾ। ਅੱਜ ਇਸ ਮੋਦੀ ਗੈਰਤ ਨੇ, ਤਾਨਾਸ਼ਾਹੀ ਸਰਕਾਰ ਨੇ ਸਾਡੇ ਜਿਹੜੇ ਕਿਸਾਨ ਵੀਰ ਉੱਥੇ ਰਹਿਣ ਵਾਸਤੇ ਮਜਬੂਰ ਕਰਤੇ ਆ, ਪਰ ਉਹ ਕਹਿੰਦੇ ਅਸੀਂ ਇੱਥੇ ਆਣ ਕੇ ਵੀ ਅਸੀਂ ਇੱਕ ਸਿੱਖਿਆ ਦੇ ਰਹੇ ਹਾਂ, ਲੋਕਾਂ ਨੂੰ ਦੱਸ ਰਹੇ ਹਾਂ ਕਿ ਅਸਲ ਘਰ ਇਹ ਆ। ਅੰਦੋਲਨ ਤੋਂ ਪਿੱਛੇ ਨਾ ਹਟੋ, ਜਿੱਤ ਹਾਰ ਕਿਸਮਤ ਦੀ ਗੱਲ ਆ, ਪਰ ਅਸੀਂ ਜਿਹੜੇ ਸ਼ਹੀਦੀਆਂ ਦੇ ਦਾਂਗੇ, ਪਰ ਇਹ ਜਿਹੜੇ ਕਾਨੂੰਨ ਆ ਇਹਨਾਂ ਨੂੰ ਰੱਦ ਕਰਵਾ ਕੇ ਜਾਂਦੇ, ਹੌਸਲੇ ਬੁਲੰਦ ਨੇ। ਕੀ ਨਾਮ ਹੈ ਤੁਹਾਡਾ ਅਤੇ ਕਿੱਥੋਂ ਰਹਿਣ ਵਾਲੇ ਹੋ ਅਤੇ ਕੀ ਤੁਸੀਂ ਕਿਉਂ ਹੋਏ ਅੱਜ ਕਰ ਰਹੇ ਹੋ?